ਨਵੀਂ ਸਵੇਰ ਚੜ੍ਹਦੇ ਸਾਰ ਹੀ ਇੱਕ ਨਵੀਂ ਵਾਰਦਾਤ ਸਾਹਮਣੇ ਆਉਂਦੀ ਹੈ ਜੋ ਸਾਨੂੰ ਇਹ ਦੱਸਦੀ ਹੈ ਕਿ ਲੁਟੇਰਿਆਂ ਨੂੰ ਪ੍ਰਸ਼ਾਸਨ ਦਾ ਬਿਲਕੁਲ ਡਰ ਹੀ ਨਹੀਂ ਰਿਹਾ। ਉੱਥੇ ਹੀ ਪ੍ਰਸ਼ਾਸਨ ਵੱਲੋਂ ਇਹਨਾਂ ਲੁਟੇਰਿਆਂ ਦਾ ਕੁਝ ਨਹੀਂ ਵਿਗਾੜਿਆ ਜਾ ਸਕਦਾ। ਇਹ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਤੇ ਅੱਗੇ ਲੰਘ ਜਾਂਦੇ ਨੇ ਤੇ ਮਗਰੋਂ ਪ੍ਰਸ਼ਾਸਨ ਹੱਥ ਮਲਦਾ ਰਹਿੰਦਾ ਹੈ। ਇਹ ਖਬਰ ਗੁਰਦਾਸਪੁਰ ਦੀ ਹੈ ਜਿੱਥੇ ਕਿ ਇੱਕ ਲੁਟੇਰੇ ਵੱਲੋਂ ਪਹਿਲਾਂ ਗਲੀ ਵਿੱਚ ਇੱਧਰ ਉੱਧਰ ਗੇੜੇ ਮਾਰੇ ਗਏ ਤੇ ਫਿਰ ਇੱਧਰ ਉੱਧਰ ਦੇਖ ਕੇ ਨਾ ਕੋਈ ਦਿਖਣ ਤੇ ਚੁੱਪ ਕਰਕੇ ਘਰ ਦੇ ਅੱਗੇ ਖੜੇ ਮੋਟਰਸਾਈਕਲ ਨੂੰ ਚਾਬੀ ਲਗਾ ਕੇ ਫਰਾਰ ਹੋ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ। ਪੁਲਿਸ ਪ੍ਰਸ਼ਾਸਨ ਦਾ ਹਰ ਵਾਰੀ ਇੱਕ ਹੀ ਸਵਾਲ ਹੁੰਦਾ ਹੈ, ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਗਈ, ਪਰ ਉਹ ਕਾਗਜ਼ਾਂ ਵਿੱਚ ਹੀ ਸੀਮਿਤ ਰਹਿ ਜਾਂਦੀ ਹੈ। ਇਹ ਸਾਰੀਆਂ ਘਟਨਾਵਾਂ ਪੁਲਿਸ ਪ੍ਰਸ਼ਾਸਨ ਤੇ ਵੀ ਸਵਾਲ ਚੁੱਕ ਰਹੀਆਂ ਨੇ ਕਿ ਪ੍ਰਸ਼ਾਸਨ ਇਹਨਾਂ ਲੁਟੇਰਿਆਂ ਦਾ ਕੁਝ ਨਹੀਂ ਵਿਗਾੜ ਸਕਦੀ। ਹਰ ਨਵੀਂ ਸਵੇਰ ਚੜ੍ਹਦੇ ਸਾਰ ਹੀ ਇੱਕ ਨਵੀਂ ਵਾਰਦਾਤ ਸਾਹਮਣੇ ਆਉਂਦੀ ਹੈ ਜੋ ਸਾਨੂੰ ਇਹ ਦੱਸਦੀ ਹੈ ਕਿ ਲੁਟੇਰਿਆਂ ਨੂੰ ਪ੍ਰਸ਼ਾਸਨ ਦਾ ਬਿਲਕੁਲ ਡਰ ਹੀ ਨਹੀਂ ਰਿਹਾ। ਉੱਥੇ ਹੀ ਪ੍ਰਸ਼ਾਸਨ ਵੱਲੋਂ ਇਹਨਾਂ ਲੁਟੇਰਿਆਂ ਦਾ ਕੁਝ ਨਹੀਂ ਵਿਗਾੜਿਆ ਜਾ ਸਕਦਾ। ਇਹ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਤੇ ਅੱਗੇ ਲੰਘ ਜਾਂਦੇ ਨੇ ਤੇ ਮਗਰੋਂ ਪ੍ਰਸ਼ਾਸਨ ਹੱਥ ਮਲਦਾ ਰਹਿੰਦਾ ਹੈ। ਇਹ ਖਬਰ ਗੁਰਦਾਸਪੁਰ ਦੀ ਹੈ ਜਿੱਥੇ ਕਿ ਇੱਕ ਲੁਟੇਰੇ ਵੱਲੋਂ ਪਹਿਲਾਂ ਗਲੀ ਵਿੱਚ ਇੱਧਰ ਉੱਧਰ ਗੇੜੇ ਮਾਰੇ ਗਏ ਤੇ ਫਿਰ ਇੱਧਰ ਉੱਧਰ ਦੇਖ ਕੇ ਨਾ ਕੋਈ ਦਿਖਣ ਤੇ ਚੁੱਪ ਕਰਕੇ ਘਰ ਦੇ ਅੱਗੇ ਖੜੇ ਮੋਟਰਸਾਈਕਲ ਨੂੰ ਚਾਬੀ ਲਗਾ ਕੇ ਫਰਾਰ ਹੋ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ। ਪੁਲਿਸ ਪ੍ਰਸ਼ਾਸਨ ਦਾ ਹਰ ਵਾਰੀ ਇੱਕ ਹੀ ਸਵਾਲ ਹੁੰਦਾ ਹੈ, ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਗਈ, ਪਰ ਉਹ ਕਾਗਜ਼ਾਂ ਵਿੱਚ ਹੀ ਸੀਮਿਤ ਰਹਿ ਜਾਂਦੀ ਹੈ। ਇਹ ਸਾਰੀਆਂ ਘਟਨਾਵਾਂ ਪੁਲਿਸ ਪ੍ਰਸ਼ਾਸਨ ਤੇ ਵੀ ਸਵਾਲ ਚੁੱਕ ਰਹੀਆਂ ਨੇ ਕਿ ਪ੍ਰਸ਼ਾਸਨ ਇਹਨਾਂ ਲੁਟੇਰਿਆਂ ਦਾ ਕੁਝ ਨਹੀਂ ਵਿਗਾੜ ਸਕਦੀ।